28 सितंबर नू रिलीज हो रही है फिल्म गड्डी जांदी है शलांगा मारदी। सत श्री अकाल जी, मैं वरुण कौर मान, तुसी देख रहे हो सांझी आवाज रेडियो मेलबोर्न। ते हुण मेरे नाल है स्टार कास्ट फिल्म दी, जिन्हां ने खूब रौनकां लाउणियां ने। की गलबात दसदे ने ओ फिल्म नू लैके, किवें दी ये फिल्म है, इस दे विच की कुछ खास होएगा, इस सारियां चीज़ां पता लगणगियां उन्हां दे नाल। गलबात करन तो बाद आओ फिर करदे आं शुरू। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਵਰੁਣ ਕੌਰ ਮਾਨ ਅਤੇ ਸਾਡੇ ਨਾਲ ਹੈ ਅੱਜ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਦੀ ਕਾਸਟ। ਸੋ ਗੱਡੀ ਜਿਹੜੀ ਆ ਉਹਦੀ ਸਪੀਡ ਕਿੰਨੀ ਕੁ ਆ ਇਹ ਤਾਂ ਹੁਣ ਮੈਨੂੰ ਨਹੀਂ ਪਤਾ, ਫਿਲਮ ਦੇਖ ਕੇ ਪਤਾ ਲੱਗੂਗਾ। ਪਰ ਮੈਂ ਇਹ ਜ਼ਰੂਰ ਕਹੂੰਗੀ ਕਿ ਆਪਾਂ ਫਿਲਮ ਜ਼ਰੂਰ ਦੇਖਣ ਜਾਣਾ। ਓਪਨਿੰਗ 'ਚ ਮੈਂ ਤੁਹਾਨੂੰ ਇਹ ਗੱਲ ਤਾਂ ਕਹਿ ਦਿੱਤੀ ਕਿਉਂਕਿ ਇਹ ਫਿਲਮ ਵਾਕਈ ਬਹੁਤ ਮਜ਼ੇਦਾਰ ਅਤੇ ਜ਼ਬਰਦਸਤ ਆ। ਕਾਰਨ ਇਹ ਹੈ ਕਿ ਇਸ ਫਿਲਮ ਦੇ ਵਿੱਚ ਸੰਦੇਸ਼ ਵੀ ਬਹੁਤ ਵੱਡਾ ਅਤੇ ਨਾਲ ਦੇ ਨਾਲ ਇਸ ਫਿਲਮ ਦੇ ਵਿੱਚ ਮਨੋਰੰਜਨ ਵੀ ਬਹੁਤ ਹੈ। ਇਹ ਗੱਡੀ ਮੈਂ ਇੱਧਰੋਂ ਸ਼ੁਰੂ ਕਰਾਂ ਕਿ ਇੱਧਰੋਂ ਸ਼ੁਰੂ ਕਰਾਂ? ਤੁਹਾਡੀ ਇੱਛਾ ਜੀ। ਉੱਧਰੋਂ ਚਲੋ ਆਪਾਂ ਇੱਦਾਂ ਕਰਦੇ, ਸਟੇਅਰਿੰਗ ਪਹਿਲਾਂ ਉੱਧਰ ਫੜਾਉਂਦੇ ਹਾਂ। ਮਾਨ ਸਾਹਿਬ ਸ਼ੁਕਰੀਆ ਜੀ, ਸ਼ੁਕਰੀਆ ਸਾਰਿਆਂ ਨੂੰ, ਬਹੁਤ ਸਤਿਕਾਰ, ਸਤਿ ਸ਼੍ਰੀ ਅਕਾਲ, ਚੜ੍ਹਦੀਆਂ ਕਲਚਰੋ। ਅਤੇ ਤੁਸੀਂ ਸਾਡੀ ਫਿਲਮ ਬਾਰੇ ਬਹੁਤ ਖੂਬਸੂਰਤ ਬੋਲੇ ਜੀ, ਬਹੁਤ ਵਧੀਆ ਬੋਲੇ, ਤੁਹਾਡਾ ਬਹੁਤ ਸ਼ੁਕਰੀਆ। ਸੱਚੀਓ ਫਿਲਮ ਇੱਦਾਂ ਦੀ ਹੋਈ ਹੈ ਜਿਹੜੀ ਤੁਸੀਂ, ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ, ਸੱਚੀਓ ਬਹੁਤ ਮਜ਼ੇਦਾਰ ਹੈ, ਤੁਹਾਨੂੰ ਬਹੁਤ ਮਜ਼ਾ ਆਉਣ ਵਾਲਾ ਫਿਲਮ ਦੇਖ ਕੇ, ਬਹੁਤ ਸਵਾਦ ਆਉਣ ਵਾਲਾ। ਔਰ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਵੀ 28th ਨੂੰ ਇਹ ਲੱਗਣੀ ਹੈ ਜੀ, ਪਹਿਲੇ ਦਿਨ ਹੀ ਤੁਸੀਂ ਜਾ ਕੇ ਪਰਿਵਾਰ ਦੇ ਨਾਲ ਦੇਖਣ ਵਾਲੀ ਮੂਵੀ ਹੈ ਜੀ, ਬਹੁਤ ਪਿਆਰਾ ਸੰਦੇਸ਼ ਹੈ ਇਹਦੇ 'ਚ। ਉੱਦਾਂ ਬੀਨੂ ਢਿੱਲੋਂ ਹੋਣਾ ਦਾ ਜਦੋਂ ਵਿਆਹ ਹੋਇਆ ਸੀ ਜੀ, ਉਹਨਾਂ ਨੇ ਗੱਡੀ ਜਿਹੜੀ ਹੈ ਕਿਹੜੀ ਕੋਈ ਚੱਕਰ ਮੈਨੂੰ, ਮੈਂ ਨਾ ਜੀ, ਮੈਂ ਵਿਆਹ ਇੱਦਾਂ ਕੀਤਾ ਸੀ ਜੀ, ਜਦੋਂ ਮੇਰਾ ਵਿਆਹ ਹੋਇਆ ਸੀ, ਮੈਂ ਇੱਥੇ ਜਲੰਧਰ ਦੇ ਵਿੱਚ ਬੜਿੰਗਾਂ ਦੇ ਵਿੱਚ ਮੇਰਾ ਵਿਆਹ ਹੋਇਆ ਜੀ, ਅਤੇ ਮੈਂ ਆਪਦੀ ਕਾਰ ਉੱਤੇ ਰਿਬਨ ਨਹੀਂ ਲੱਗਣ ਦਿੱਤੇ ਸੀ। ਅੱਛਾ ਜੀ। ਮੈਂ ਗੁੱਸੇ 'ਚ ਵਿਆਹ ਕਰਾਇਆ ਸੀ, ਮੇਰੇ ਫਾਦਰ ਸਾਹਿਬ ਨੂੰ ਮੈਂ ਇੱਕ ਗੱਲ ਕੀਤੀ ਸੀ, ਅਤੇ ਨਾ ਮੈਂ ਬੈਂਡ ਬੂੰਡ ਵਾਲੇ ਲੱਗਣ ਦਿੱਤੇ ਮੂਹਰੇ, ਮੈਂ ਕਿਹਾ ਮੈਂ ਸਿੰਪਲ ਵਿਆਹ ਕਰਾਉਣਾ ਸਿੱਧਾ। ਅਤੇ ਫਿਰ ਇੱਥੇ ਆ ਕੇ ਮੇਰੇ ਨਾ ਜਿਹੜੀਆਂ ਉਹ ਸਾਲੀਆਂ ਜੁੱਤੀ ਚੱਕਦੀਆਂ ਹੁੰਦੀਆਂ ਨੇ, ਜੁੱਤੀ ਚੱਕ ਲੀਆਂ, ਅਤੇ ਮੈਂ ਕਿਹਾ ਸੀ ਮੇਰੇ ਡੈਡੀ ਨਾਲ, ਮੈਂ ਉਹੀ ਖਿਝਿਆ ਹੋਇਆ ਸੀ, ਮੈਂ ਕਿਹਾ ਮੈਂ ਵਿਆਹ ਨਹੀਂ ਕਰਾਉਣਾ ਹਜੇ, ਅਤੇ ਮੈਂ ਮੇਰੇ ਡੈਡੀ ਉਹ ਇਹਦੀ ਜੁੱਤੀ ਦੇ ਦਿਉ ਭਾਜੂਗਾ ਇਹ, ਕਹਿੰਦੇ ਬਹਿ ਲੈ ਲਓ ਜਿੰਨੇ ਲੈਣੇ, ਇਹਦੀ ਜੁੱਤੀ ਦੇ ਦਿਉ ਯਾਰ। ਔਰ ਮੈਂ ਜੁੱਤੀ ਵੀ ਆਪ ਨਹੀਂ ਛੜਾਈ ਸੀ, ਮੇਰੇ ਫਾਦਰ ਸਾਹਿਬ ਨੇ ਛੜਾ ਕੀਤੀ ਸੀ, ਕਹਿੰਦੇ ਇਹਦੀ ਜੁੱਤੀ ਦੇ ਦਿਉ, ਤੁਸੀਂ ਪੰਗਾ ਪੈ ਜੂਗਾ। ਜਦੋਂ ਤੁਸੀਂ ਇਹ ਫਿਲਮ ਕਰ ਰਹੇ ਸੀਗੇ, ਤੁਹਾਨੂੰ ਆਪਣੇ ਵਿਆਹ ਦੀ ਕਿੰਨੀ ਕੁ ਯਾਦ ਆਈ? ਨਹੀਂ, ਮੈਂ ਵਿਆਹ ਤਾਂ ਦੇਖੋ, ਵਿਆਹ ਬੰਦਾ ਇੱਕ ਜਦੋਂ ਵਿਆਹ ਦੀ ਗੱਲ ਕਰਨ ਲੱਗੋ ਉਹਦੀ ਚੇਤੇ ਆਉਂਦਾ ਜੀ, ਪਰ ਸਾਡਾ ਜਿਹੜਾ ਫਿਲਮੀ ਵਿਆਹ ਹੁੰਦਾ ਜੀ, ਹੈ ਨਾ, ਉਹ ਤਾਂ ਹੁਣ ਵਿਆਹ ਨਾਲ ਹੀ ਨਾਲ ਹੀ ਹੈ ਜੀ, ਹੁਣ ਤਾਂ ਹਾਂ, ਹੁਣ ਤਾਂ ਵਿਆਹ ਹੋਇਆ ਹੋਇਆ ਤਾਂ ਹਾਂ, ਹੈ ਨਾ, ਉਹ ਵੀ ਹੈ ਜੀ। ਅਤੇ ਸਾਡੇ ਵਾਲਾ ਜਿਹੜਾ ਫਿਲਮੀ ਵਿਆਹ ਜੀ, ਇਹ ਉਹ ਵਿਆਹ ਜਿਹੜੇ ਹੁਣ ਜਿਹੜੇ ਮੇਰਾ ਵਿਆਹ ਹੋਇਆ ਸੀ, ਜਿਹੜੇ ਆਮ ਵਿਆਹ ਨੇ ਉਹ ਇੱਕ ਦਿਨ ਦਾ ਵਿਆਹ ਹੁੰਦਾ, ਜਿਹੜਾ ਸਾਡਾ ਆਹ 40 ਤੋਂ ਲੈ ਕੇ 50 ਦਿਨ ਦੀ ਸ਼ੂਟਿੰਗ ਹੁੰਦੀ, ਹਰ ਰੋਜ਼ ਦਾ ਵਿਆਹ ਹੈ, ਹਰ ਰੋਜ਼ 500 ਬੰਦਾ ਉਸ ਸੈੱਟ ਦੇ ਉੱਤੇ ਹੁੰਦਾ। ਵਿਆਹ ਵਾਲਾ ਮਾਹੌਲ ਹੁੰਦਾ, ਵਿਆਹ ਦੇ ਵਿੱਚ 2 ਟਾਈਮ ਦੀ ਰੋਟੀ ਦੇਣੀ ਹੁੰਦੀ, ਬ੍ਰੇਕਫਾਸਟ ਕਰਦੇ ਨੇ ਜਾਂ ਲੰਚ ਕਰਾ ਕੇ ਤੋਰ ਦਿੰਦੇ ਨੇ, ਅਸੀਂ 3 ਟਾਈਮ ਦੀ ਰੋਟੀ ਉੱਥੇ, ਹੈ ਨਾ, 500 ਬੰਦੇ ਦੀ ਰੋਜ਼ ਦੀ ਹੁੰਦੀ ਹੈ ਜੀ, ਬਿਲਕੁਲ। ਤਾਂ ਇਹ ਮਾਹੌਲ ਬਹੁਤ ਵਧੀਆ ਲੱਗਦਾ, ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਜ਼ਰੂਰੀ ਹੈ ਜੀ, ਉਹ ਵੀ ਜਿੰਨਾ ਚਿਰ ਤੁਸੀਂ ਗ੍ਰਹਿਸਥੀ ਜੀਵਨ ਦੇ ਵਿੱਚ ਆਉਂਦੇ ਨਹੀਂ ਤਾਂ ਉਹਨਾਂ ਚਿਰ ਤੁਹਾਡਾ ਕੁਛ ਬਣਦਾ ਨਹੀਂ, ਤੁਹਾਨੂੰ ਬਹੁਤ ਸੇਧਾਂ ਵਿਆਹ ਤੋਂ ਬਾਅਦ ਮਿਲਦੀਆਂ ਨੇ, ਤੁਹਾਡਾ ਘਰ ਵਿਆਹ ਤੋਂ ਬਾਅਦ ਜੁੜਦਾ। ਅਤੇ ਮਾਹੀ ਤੁਹਾਡੇ ਕੋਲ ਗੱਡੀ ਲੈ ਕੇ ਆਉਂਦੇ ਹਾਂ, ਗੱਡੀ ਜਾਂਦੀ ਹੈ ਛਲਾਂਗਾ ਮਾਰਦੀ, ਪਹਿਲਾਂ ਤਾਂ ਦੱਸੋ ਤੁਹਾਨੂੰ ਫਿਲਮ ਤੋਂ ਕਿੰਨੀਆਂ ਉਮੀਦਾਂ, ਕਿਉਂਕਿ ਤੁਸੀਂ ਆਪ ਬਹੁਤ ਘੈਂਟ ਆ, ਤੁਹਾਡੇ ਲਈ ਘੈਂਟ ਸਵਾਲ ਬਣਦੇ ਨੇ। ਥੈਂਕ ਯੂ, ਮੈਨੂੰ ਫਿਲਮ ਤੋਂ ਬਹੁਤ ਉਮੀਦ ਹੈ, ਮੈਂ ਨਾ ਬਹੁਤ ਪੋਜ਼ਿਟਿਵ ਸੋਚਦੀ ਹਾਂ ਇੱਦਾਂ ਕਿ ਮਤਲਬ ਵਧੀਆ ਹੀ ਹੋਊਗਾ, ਅਤੇ ਮੈਨੂੰ ਇਹਦੇ ਤੋਂ ਵੀ ਇੱਦਾਂ ਹੀ ਉਮੀਦ ਹੈ ਕਿ ਇਹ ਘੈਂਟ ਹੀ ਜਾਊਗੀ। ਔਰ ਜਦੋਂ ਤੁਸੀਂ ਇਹ ਕੰਸੈਪਟ ਕਰ ਰਹੇ ਸੀ ਨਾ, ਇੱਕ ਔਰਤ ਹੋਣ ਦੇ ਨਾਤੇ, ਇੱਕ ਲੜਕੀ ਹੋਣ ਦੇ ਨਾਤੇ, ਇਹ ਦਿਮਾਗ 'ਚ ਚੀਜ਼ ਆਉਂਦੀ ਆ ਕਿ ਕਿਤੇ ਸਾਡੇ ਡੈਡੀ ਨੂੰ ਨਾ ਦਾਜ ਦੇਣਾ ਪਵੇ, ਜੇ ਸਾਡੇ ਡੈਡੀ ਨੇ ਦਿੱਤਾ ਉਹਦੇ 'ਤੇ ਕੀ ਬੀਤੀ ਹੋਊਗੀ। ਬਹੁਤ ਡੂੰਘੀਆਂ ਜਿਹੜੀਆਂ ਹੁੰਦੀਆਂ ਨਾ ਕੁੜੀ ਦੀਆਂ ਸਧਰਾਂ, ਉਹ ਵੀ ਤਾਂ ਆਉਂਦੀਆਂ ਸਾਹਮਣੇ। ਹਾਂਜੀ, ਇਹਦੇ ਵਿੱਚ ਦਿਖਾਇਆ ਤਾਂ ਇੱਦਾਂ ਹੀ ਹੈ ਕਿ ਮਤਲਬ ਦਾਜ ਦੇ ਪ੍ਰਤੀ ਗੱਲ ਕੀਤੀ ਹੈ, ਬਟ ਰੀਅਲ ਲਾਈਫ ਦੇ ਵਿੱਚ ਇੱਦਾਂ ਹੁੰਦਾ ਕਿ ਕੁੜੀਆਂ ਕਿਸੇ ਵੇਲੇ ਆਪ ਵੀ ਕਹਿੰਦੀਆਂ ਕਿ ਹਾਂਜੀ ਸਾਨੂੰ ਦੇਣਾ ਜਾਂ ਸਾਡੀ ਇੱਜ਼ਤ ਦਾ ਸਵਾਲ ਹੈ, ਉਹੀ ਜੋ ਰੀਤਾਂ ਚੱਲੀਆਂ ਹੋਈਆਂ ਕਿ ਮੈਨੂੰ ਇਹ ਚੀਜ਼ ਦੇਣੀ ਹੈ। ਜੇ 2 ਭੈਣਾਂ ਹੋਣ ਤਾਂ ਉੱਥੇ ਜ਼ਿਆਦਾ ਮੁਕਾਬਲੇ ਹੋ ਜਾਂਦੇ, ਤੁਸੀਂ ਉਹਨੂੰ ਇੰਨਾ ਦਿੱਤਾ ਸੀ, ਮੈਨੂੰ ਇੰਨਾ ਦਿੱਤਾ, ਮੇਰੇ ਸਹੁਰੇ ਵਾਲੇ ਕੀ ਗੱਲ ਕਰਦੇ। ਦੇਖਿਆ ਕੋਈ ਮੁਕਾਬਲੇ ਵਾਲਾ? ਸਭ ਦਾ ਹੀ ਹੁੰਦਾ ਹੀ ਹੈ, ਅੱਜ ਕੱਲ੍ਹ ਘੱਟ ਦਿੰਦਾ ਕੌਣ ਹੈ ਪੰਜਾਬ 'ਚ, ਇਹ ਦੱਸੋ ਮੈਨੂੰ। ਪੰਜਾਬ 'ਚ ਤਾਂ ਰੱਜਵਾਂ ਵਿਆਹ ਕਰਦੇ ਆ, ਐਂ ਘੈਂਟ ਪੂਰਾ, ਅਤੇ ਇੱਥੇ ਤਾਂ ਇੱਦਾਂ ਹੀ ਚੱਲਦਾ। ਹੁਣ ਇਹ ਤਾਂ ਫਿਲਮ ਦੇਖ ਕੇ ਪਤਾ ਲੱਗੂਗਾ ਕਿ ਤੁਸੀਂ ਕੀ ਸਿੱਖਦੇ ਹੋ ਕੀ ਨਹੀਂ। ਬਿਲਕੁਲ, 3 ਕੱਪੜਿਆਂ ਚਾਹੀਦੀ ਇੱਧਰ ਐਮੀ ਵਿਰਕ ਹੁਣਾਂ ਦੇ ਕੋਲ ਆਉਂਦੇ ਆ, ਕੁੜੀ 3 ਕੱਪੜਿਆਂ 'ਚ ਚਾਹੀਦੀ ਪੈਲਸ 'ਚ, ਚਾਹੇ ਅੱਛਾ ਐਵੇਂ। ਮੈਂ ਨਾ ਕਈ ਵਿਆਹ ਆਪ ਦੇਖੇ ਆ,
ਤੇ ਬਹੁਤ ਵਾਰੀ ਆਪਾਂ ਟੀਵੀ ਤੇ ਖਬਰਾਂ ਵੀ ਦੇਖਦੇ ਆ ਉਹ ਕੀ ਕਰਦੇ ਆ ਕਿ ਵਿਆਹ ਵਾਲੇ ਦਿਨ ਪੈਲਸ ਦੇ ਵਿੱਚ ਗੱਡੀ ਐਨ ਸਿੱਧੀ ਕਰਕੇ ਲਾਉਂਦੇ ਉੱਤੇ ਫੁਲਕਾਰੀ ਦੇ ਕੇ ਕਿ ਧਾਕ ਵੱਜੇ ਉਹਦੇ ਲਈ ਕੀ ਕਹੋਗੇ ਤੁਸੀਂ ਯਾਰ ਮੈਂ ਤਾਂ ਇਹ ਸਮਝ ਨਹੀਂ ਆਉਂਦੀ ਵੀ ਜਿਹੜੇ ਮੁੰਡੇ ਵਾਲੇ ਲੈ ਕੇ ਜਾਂਦੇ ਉਹ ਜਰਮਨੀ ਆਉਂਦੀ ਹੈ ਨਾ ਉਹ ਸਾਹਮਣੇ ਪੈਲੇ 'ਚ ਖੜਾਈ ਹੁੰਦੀ ਆ ਉਹਨਾਂ ਨੇ ਹੈ ਨਾ ਦੇਣ ਵਾਲੇ ਵੀ ਕਸਰ ਨਹੀਂ ਛੱਡਦੇ ਕੋਈ ਅੱਗੋਂ ਅਤੇ ਇਹ ਦੋਨੇ ਚੀਜ਼ਾਂ ਵੇਖੋ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਜਿਹੜੀ ਮਾਹੀ ਨੇ ਵੀ ਗੱਲ ਕਹੀ ਆ ਵੀ ਕੁੜੀਆਂ ਆਪ ਵੀ ਮੰਗਦੀਆਂ ਕਈਆਂ ਕੁੜੀਆਂ ਨੂੰ ਮੁੰਡੇ ਮਨਵਾ ਲੈਂਦੇ ਆ ਵੀ ਆਪਦੇ ਘਰਦਿਆਂ ਨੂੰ ਕਿਹਾ ਫੋਰਚੂਨਰ ਦੇ ਦੇਣ ਹੈ ਨਾ ਪਿਆਰ ਪਿਆਰ 'ਚ ਕਹਿ ਦੇ ਆਪਾਂ ਹੀ ਚਲਾਉਣੀ ਆ ਫਿਰ ਕੀ ਹੋਜੂਗਾ ਹੈ ਨਾ ਸੋ ਉਹ ਇਹ ਇੱਕ ਜਾਂ ਦੋ ਬੰਦਿਆਂ ਦੀ ਪ੍ਰੋਬਲਮ ਨਹੀਂ ਹੈਗੀ ਇਹ ਸਾਰੀ ਸੁਸਾਇਟੀ ਦੀ ਪ੍ਰੋਬਲਮ ਆ ਜਿਹੜੇ ਇੰਟਲੈਕਚੁਅਲ ਬੰਦੇ ਉਹਨਾਂ ਨੂੰ ਸਮਝ ਆ ਗਈਆਂ ਹੋਈਆਂ ਨੇ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਸਮਝ ਆ ਗਈ ਹੋਈ ਹੈ ਵੀ ਇਹ ਚੀਜ਼ ਨਹੀਂ ਹੈਗੀ ਜਿੱਦਾਂ ਬਿਨੂ ਭਾਅ ਜੀ ਪਿਛਲੇ ਇੰਟਰਵਿਊ 'ਚ ਜ਼ਿਕਰ ਕਰਦੇ ਸੀ ਪਰ ਸੱਚ ਇਹ ਹੋਇਆ ਜਿਵੇਂ ਸੁਸਾਇਟੀ ਦੇ ਵਿੱਚ ਹੁਣ ਮੁੰਡੇ ਕੁੜੀਆਂ ਬਰਾਬਰ ਹੋ ਗਏ ਜਿੱਦਾਂ ਮਤਲਬ ਫੋਰ ਐਗਜ਼ਾਮਪਲ ਕਿ ਇਹਨੂੰ 15-20 ਕਿੱਲੇ ਆਉਂਦੇ ਆ ਅਤੇ ਜਿਹੜੇ ਮਾਂ ਪਿਓ ਆ ਸਿਆਣੇ ਆ ਉਹ ਕਹਿੰਦੇ ਵੀ ਇਹ 10 ਮੁੰਡੇ ਨੂੰ ਦੇਵਾਂਗੇ ਤਾਂ ਅਸੀਂ 10 ਕੁੜੀ ਨੂੰ ਵੀ ਦੇਵਾਂਗੇ ਸਹੀ ਗੱਲ ਹੈ ਇਹਦੇ ਨਾਲ ਲਵਾਵਾਂਗੇ ਹੈ ਨਾ ਬਿਲਕੁਲ ਇੱਕ ਚੀਜ਼ ਦਾ ਵੀ ਤੁਸੀਂ ਉਹਦੀ ਇੱਕ ਹੈਲਪ ਕਰਤੀ ਆਪਣੀ ਡਾਟਰ ਦੀ ਹੈਲਪ ਕਰਤੀ ਯਾਰ ਉਹਦੇ ਅਕਾਊਂਟ 'ਚ 20-50 ਲੱਖ ਰੁਪਇਆ ਪਾਤਾ ਵੀ ਉਹਦੇ ਚਲੋ ਅੱਗੇ ਯੂਜ਼ ਲਈ ਹੋਜੂਗੀ ਚੀਜ਼ ਜਾਂ ਮਤਲਬ ਇੱਕ ਤੁਸੀਂ ਉਹਦੀ ਚੀਜ਼ ਰੱਖੀ ਹੋਈ ਆ ਪ੍ਰੋਬਲਮ ਉੱਥੇ ਹੁੰਦੀ ਹੈ ਜਦੋਂ ਸਹੁਰਾ ਪਰਿਵਾਰ ਅੱਗੋਂ ਮੰਗ ਕਰਦਾ ਕਿਸੇ ਚੀਜ਼ ਦੀ ਉਹ ਕਹਿੰਦੇ ਵੀ ਸਾਨੂੰ ਇੰਨੇ ਚਾਹੀਦੇ ਆ ਤੇ ਉਦੋਂ ਤੁਸੀਂ ਡਰ ਕੇ ਨੀਵੇਂ ਹੋ ਕੇ ਪੈਸਾ ਦੇ ਦਿੰਦੇ ਹੋ ਜਿਨ੍ਹਾਂ ਨੇ ਚੀਜ਼ ਮੰਗ ਹੀ ਲਈ ਉਹ ਤੁਹਾਡੀ ਕੁੜੀ ਨੂੰ ਕੱਲ੍ਹ ਨੂੰ ਤੰਗ ਕਰਨਗੇ ਹੀ ਕਰਨਗੇ 100% ਕਿਉਂਕਿ ਉਹ ਚੀਜ਼ ਕੱਲ੍ਹ ਨੂੰ ਕਿਤੇ ਨਾ ਕਿਤੇ ਤਾਂ ਮੁੱਕਣੀ ਹੋਈ ਆ ਜਾਂ ਅੱਜ ਉਹਨਾਂ ਦਾ ਅੱਜ ਹੁਣ ਜਿਵੇਂ ਕਿੱਲਿਆਂ ਦੇ ਰੇਟ ਚੱਲਦੇ ਆ ਪੰਜਾਬ ਦੇ ਵਿੱਚ ਜਾਂ 1,00,000 ਰੁਪਏ ਕਿੱਲਾ 2,00,000 ਰੁਪਏ ਕਿੱਲੇ ਕੈਸ਼ ਵੀ ਚੱਲਦਾ ਉਦੋਂ ਪੈਸਾ ਆ ਉਹ ਤਾਂ ਸਰਟਨ ਟਾਈਮ ਬਾਅਦ ਮੁੱਕ ਜਾਣਾ ਦੈਨ ਵਾਟ ਦੈਨ ਉਸ ਤੋਂ ਬਾਅਦ ਤੁਹਾਡੇ ਕੋਲ ਤਾਂ ਕਦੀ ਨੂੰ ਹੀ ਆ ਫਿਰ ਮੁੜ ਕੇ ਫਿਰ ਆ ਦੂਜੀ ਜਿਹੜੀ ਆਪਾਂ ਖਬਰਾਂ ਸੁਣਦੇ ਆ ਵੀ ਤੇਲ ਪਾ ਕੇ ਸਾੜਤੀ ਇਹ ਹੋ ਗਿਆ ਵਾਹ ਹੋ ਗਿਆ ਸੋ ਇਹ ਮਤਲਬ ਇਹ ਸੁਸਾਇਟੀ ਦੀ ਚੀਜ਼ ਆ ਉਹ ਤਾਂ ਮਤਲਬ ਪਿੰਡ ਪੱਧਰ ਤੇ ਸ਼ੁਰੂ ਹੋਊਗੀ ਜਦੋਂ ਘਰ ਪੱਧਰ ਤੇ ਸ਼ੁਰੂ ਹੋਊਗੀ ਤਾਂ ਇੱਦਾਂ ਦੀ ਚੀਜ਼ਾਂ ਦੇ ਜਿਹੜੇ ਆ ਉਹ ਨਿਬੜੇ ਹੁੰਦੇ ਆ ਆਪਾਂ ਅੱਜ ਕਹਿ ਦਈਏ ਵੀ ਆਪਾਂ 20 ਪਿੰਡ ਸੁਧਾਰ ਤੇ ਤੇ ਉਹ 20 ਪਿੰਡਾਂ ਦੇ ਵਿੱਚੋਂ 5 ਫੇਰ ਕਹਿੰਦੇ ਆ ਯਾਰ ਜਿਵੇਂ ਸਰਬਸੰਮਤੀ ਨਹੀਂ ਹੁੰਦੇ ਨਹੀਂ ਹਾਂ ਉਹ ਵਿੱਚੋਂ ਹੁੰਦੇ ਆ 5-11 ਦੀ ਕੁੜੀ ਨੂੰ ਦਵਾਂਗੇ ਤੁਸੀਂ ਜੋ ਮਰਜ਼ੀ ਕਰੋ ਲੱਗਦਾ ਕਿ ਤੁਹਾਡੀ ਫਿਲਮ ਕਿਸੇ ਨਾ ਕਿਸੇ ਪੱਧਰ ਤੇ ਅਸਰ ਕਰ ਦੂਗੀ ਲੋਕਾਂ ਤੇ ਕਿਉਂਕਿ ਇਹ ਤਾਂ ਸੱਚਾਈ ਆ ਕਿ ਐਕਟਰ ਜਿਹੜੇ ਹੁੰਦੇ ਨਾ ਜਦੋਂ ਉਹ ਕੋਈ ਚੀਜ਼ ਨੂੰ ਸਿਨੇਮਾ ਦੇ ਵਿੱਚ ਲੈ ਕੇ ਆਉਂਦੇ ਆ ਲੋਕਾਂ ਤੇ ਅਸਰ ਕਰਦੀ ਆ 100% ਨਹੀਂ 100% ਦੀ ਹਰੇਕ ਚੀਜ਼ ਸਾਡੇ ਬੋਲ ਵੀ ਕਰ ਦਿੰਦੇ ਆ ਕਿਸੇ ਵੀ ਬੰਦੇ ਮਤਲਬ ਇਕੱਲੇ ਮੇਰੇ ਨਹੀਂ ਮਤਲਬ ਕੋਈ ਵੀ ਤੁਸੀਂ ਕੋਈ ਵੀ ਪਬਲਿਕ ਫਿਗਰ ਲਾ ਦਿਓ ਜੋ ਆਪਦੇ ਮੂੰਹ ਗੱਲ ਕੱਢਦਾ ਉਹਦਾ ਇੰਪੈਕਟ ਤਾਂ ਪੈਂਦਾ ਕਿਸੇ ਨਾ ਕਿਸੇ ਚੀਜ਼ ਤੇ ਰਾਈਟ ਸੋ 100% ਅਸੀਂ ਜਿਵੇਂ ਪਿਛਲੇ ਇੰਟਰਵਿਊ 'ਚ ਵੀ ਭਾਅ ਜੀ ਨੇ ਕਿਹਾ ਸੀ ਵੀ ਚਲੋ ਅਸੀਂ ਨਹੀਂ ਕਹਿੰਦੇ ਵੀ ਅਸੀਂ ਕਰੋੜਾਂ ਬੰਦੇ ਸੁਧਾਰਨੇ ਆ ਇੱਕ ਬੰਦੇ ਦੀ ਵੀ ਜਾਨ ਬਚ ਗਈ ਜਾਂ ਇੱਕ ਪਰਿਵਾਰ ਨੇ 5-7-10 ਲੱਖ ਰੁਪਇਆ ਦਾਜ ਤੇ ਲਾਉਣ ਤੋਂ ਰੋਕ ਲਿਆ ਤੇ ਉਹ 'ਚ ਸਾਡੀ ਜਿੱਤ ਹੈ ਬਿਲਕੁਲ ਬਾਕੀ ਸਾਡਾ ਕੰਮ ਹੈ ਪਹਿਲੇ ਨੰਬਰ ਤੇ ਐਂਟਰਟੇਨਮੈਂਟ ਬਿਲਕੁਲ ਅਸੀਂ ਕਹਿੰਦੇ ਤੁਸੀਂ ਫਿਲਮ 'ਚ ਸਵਾਦ ਲੈਣ ਜਾਓ ਮੈਸੇਜ ਤੁਸੀਂ ਆਪਣੇ ਆਪ ਲੈ ਆਉਣਾ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਉਹ ਦਿਸ਼ਾ ਅਤੇ ਦਸ਼ਾ ਦੱਸਦੇ ਨੇ ਸਮਾਜ ਨੂੰ ਹੈ ਨਾ ਸਮਾਜ ਦਾ ਆਇਨਾ ਹੁੰਦੇ ਨੇ ਤਾਂ ਬੜੀ ਵਧੀਆ ਗੱਲ ਚੱਲ ਰਹੀ ਹੈ ਤਾਂ ਕਰਕੇ ਥੋੜ੍ਹੇ ਭਾਵੁਕ ਹੋ ਕੇ ਮੈਨੂੰ ਲੱਗਦਾ ਵੀ ਆਪਾਂ ਨਾ ਉੱਚੇ ਹੋ ਫਾਹੇ ਨਾ ਲਈਏ ਆਪਾਂ ਦਿਖਾਵੇ ਲਈ ਫਾਹੇ ਨਾ ਲਈਏ ਕਈ ਵਾਰੀ ਸਾਰੇ ਪਰਿਵਾਰ ਕੋਲ ਇੱਕ ਗਰੀਬ ਪਰਿਵਾਰ ਦਾ ਮਿਡੋਕਰ ਫੈਮਿਲੀ ਹੈ ਨਾ ਉਹ ਛੋਟਾ ਜਿਹਾ ਪਰਿਵਾਰ ਹੁੰਦਾ ਜੀ 10 ਲੱਖ ਰੁਪਏ ਦੀ ਹੈਸੀਅਤ ਨਹੀਂ ਹੁੰਦੀ ਆੜਤੀ ਤੋਂ ਚੱਕ ਕੇ ਜਾਂ ਆਲੇ ਦੁਆਲੇ ਵਿਆਜ 'ਤੇ ਲੈ ਕੇ ਦਿਖਾਵੇ ਲਈ ਤਾਂ ਮੁੰਡੇ ਵਾਲੇ ਵੀ ਕਹਿ ਦਿੰਦੇ ਨੇ ਕੁੜੀ ਨੇ ਹੁਣ ਪ੍ਰੋਮਿਸ ਕੀਤਾ ਵੀ ਇਸੇ ਮੁੰਡੇ ਨਾਲ ਕਰਾਉਣਾ ਉਹ ਆਨੇ ਬਹਾਨੇ ਜਿਵੇਂ ਐਮੀ ਬਾਈ ਨੇ ਕਿਹਾ ਕੁੜੀਆਂ ਨੂੰ ਮਨਾ ਲੈਂਦੇ ਨੇ ਵੀ ਇੰਨਾ ਕੁ ਤਾਂ ਕਰਾ ਹੀ ਲੈ 500 ਬੰਦੇ ਦੀ ਬਰਾਤ ਆਊਗੀ ਤਾਂ ਉੱਥੇ 10 ਲੱਖ ਨਾ ਲਾਓ ਜਿਹੜਾ ਪਹਿਲੇ ਦਿਨ ਹੀ ਤੁਹਾਨੂੰ ਤੰਗ ਕਰਦਾ ਉੱਥੇ ਹੀ ਖਿਹੜਾ ਛੱਡ ਦਿਓ ਭਲਾ ਹੋਇਆ ਲੜ ਨੇੜੇ ਨੂੰ ਟੁੱਟਿਆ ਉਮਰ ਨਾ ਬੀਤੀ ਸਾਰੀ ਬਿਲਕੁਲ ਮੈਂ ਹੁਣ ਜੈਸਮਿਨ ਹੋਣਾ ਦੇ ਕੋਲ ਗੱਡੀ ਇੱਧਰ ਆ ਗਈ ਹੈ ਮੈਨੂੰ ਲੱਗਦਾ ਉਹਨਾਂ ਦੀ ਮੁਸਕਰਾਹਟ ਨੇ ਸਾਰੇ ਜਵਾਬ ਦੇ ਦਿੱਤੇ ਜੈਸਮਿਨ ਮੈਂ ਨਾ ਇੱਕ ਵਿਆਹ ਦੇਖਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਨਾ 100 ਕੁ ਬੰਦਾ ਜਿੱਦਾਂ ਕਿਹਾ ਸੀਗਾ ਆਪਾਂ ਇਕੱਠੇ ਕਰ ਲਾਂਗੇ ਕੁੜੀ ਵਾਲਿਆਂ ਦਾ ਤਾਂ ਮੁੰਡੇ ਵਾਲਿਆਂ ਦਾ ਮਿਲਾ ਕੇ ਹੋਇਆ ਕਿ ਮੇਰੀ ਅੱਖੀਂ ਦੇਖੀ ਹੋਈ ਗੱਲ ਆ ਅਤੇ ਬਾਅਦ 'ਚ ਪਤਾ ਲੱਗਾ ਕਿ ਕੁੜੀ ਵਾਲਿਆਂ ਨੇ ਨਾ ਆਪਣੇ ਸਾਰੇ ਬੰਦੇ ਕੈਂਸਲ ਕਰ ਦਿੱਤੇ ਕਹਿੰਦੇ ਕਿ ਤੁਸੀਂ ਰਹਿਣ ਤੋਂ ਲੈ ਕੇ ਆਉਣੇ ਮੁੰਡੇ ਵਾਲਿਆਂ ਨੇ ਕਹਿ ਦਿੱਤਾ ਕਿ ਸਾਡੀ ਬਰਾਤ ਦਾ 500 ਬੰਦਾ ਆਊਗਾ ਹੀ ਆਊਗਾ ਜਿੱਥੇ ਵਿਆਹ ਦੇ ਵਿੱਚ 100 ਬੰਦਿਆਂ ਦੀ ਗੈਦਰਿੰਗ ਹੋਣੀ ਸੀ ਉੱਥੇ 500 ਬੰਦਾ ਇਕੱਲਾ ਮੁੰਡੇ ਵਾਲਿਆਂ ਦਾ ਹੋ ਗਿਆ ਸਾਰੇ ਐਮੀ ਤੁਹਾਡੇ ਵਰਗੇ ਨਹੀਂ ਨਾ ਹੁੰਦੇ ਬੋਲਡ ਇਹ ਤਾਂ ਤੁਹਾਨੂੰ ਲਾਵਾਂ ਤੋਂ ਪਹਿਲਾਂ ਵੀ ਔਕਾਤ ਪਤਾ ਲੱਗ ਗਿਆ ਬਿਲਕੁਲ ਹੱਲ ਹੋਈ ਜਾਂਦੇ ਉਹ ਨਹੀਂ ਹੋਣੇ ਨਿਬੇੜ ਲਓ ਉਹਨਾਂ ਨੂੰ ਬਹਿ ਬਹਿ ਕੇ ਤੇ ਅਕਾਲ ਪੁਰਖ ਦੀ ਮਹਿਲਾ ਦੇ ਘਰ ਜੁੜੇ ਰਹਿੰਦੇ ਜੁੜੇ ਰੱਖੋ ਜੇ ਉਸ ਤੋਂ ਬਾਅਦ ਨਹੀਂ ਉੱਤੋਂ ਸਿਰ ਤੋਂ ਦੀ ਪਾਣੀ ਲੰਘਦਾ ਕੋਈ ਚੱਕਰ ਵਾਲੀ ਗੱਲ ਨਹੀਂ ਦੇ ਦੋ ਜਵਾਬ ਇਹ ਨਹੀਂ ਛੱਡੀ ਛਡਾਈ ਜਿਹੜੀ ਗੱਲ ਕਰ ਹੀ ਰਹੇ ਸਾਰੇ ਕਿ ਆਪ ਹੀ ਕੁੜੀਆਂ ਮੰਗਦੀਆਂ ਨੇ ਆਪ ਹੀ ਕਹਿੰਦੀਆਂ ਨੇ ਕਿ ਅਸੀਂ ਇਹ ਲੈ ਕੇ ਜਾਣਾ ਉਹ ਲੈ ਕੇ ਜਾਣਾ
ਚੀਜ਼ਾਂ ਤਾਂ ਕੁਛ ਨਹੀਂ ਆ, ਤੁਸੀਂ ਆਪ ਹੀ ਉਹਨਾਂ ਦਾ ਦਹੇਜ ਹੋ, ਤੁਸੀਂ ਆਪ ਜਾ ਰਹੇ ਹੋ ਆਪਣੇ, ਤੁਸੀਂ ਤੁਸੀਂ ਪੜ੍ਹੇ ਲਿਖੇ ਹੋ ਇੰਨਾ ਜ਼ਿਆਦਾ, ਅੱਗੇ ਤੁਸੀਂ ਜਿਹੜੇ ਵੀ ਘਰ ਜਾ ਰਹੇ ਹੋ ਉਹਨਾਂ ਨੂੰ ਵੀ ਮੈਂ ਇਹ ਕਹੂੰਗੀ, ਤੁਹਾਡੇ ਘਰ ਕੁੜੀ ਆ ਰਹੀ ਹੈ ਉਹਦੀ ਕੈਪੇਬਿਲਿਟੀਜ਼ ਦੇਖੋ, ਅੱਗੇ ਜਿੰਨੇ ਵੀ ਜਨਰੇਸ਼ਨ ਆ ਰਹੇ ਹੈ ਉਹਨੇ ਉਹ ਉਹੋ ਜਿਹੀ ਆਪ ਜਿਹੜੀ ਆਪ ਦੀ ਮੱਤ ਹੋਊਗੀ ਉਹੀ ਮੱਤ ਉਹਨੇ ਅੱਗੇ ਬੱਚਿਆਂ ਨੂੰ ਦੇਣੀ ਹੈ। ਅਤੇ ਜੇ ਤੁਸੀਂ ਜ਼ਿਆਦਾ ਉਹ 'ਤੇ ਧਿਆਨ ਦਿਓ ਕਿ ਯਾਰ ਕੁੜੀ ਨੂੰ ਆਉਂਦਾ ਕੀ ਹੈ ਜਾਂ ਕੁੜੀ ਕਿੰਨਾ ਮਤਲਬ ਕਿੰਨੀ ਚੰਗੀ ਆ ਜਾਂ ਜੋ ਵੀ, ਉਹ ਜ਼ਿਆਦਾ ਮੈਟਰ ਕਰਦਾ, ਚੀਜ਼ਾਂ ਦਾ ਤਾਂ ਕੁਛ ਨਹੀਂ ਹੈ, ਉਹ ਜਿਵੇਂ ਚੀਜ਼ਾਂ ਤਾਂ ਆਈ ਗਈ ਚੀਜ਼ ਹੈ। ਆਪਣੀ ਸੱਸ ਨੂੰ ਆਪਣੀ ਮਾਂ ਨੀ ਮੰਨਦੀ, ਤੁਹਾਡੀ ਤਰੱਕੀ ਨਹੀਂ ਹੋ ਸਕਦੀ, ਨਾ ਤੁਹਾਡੇ ਟੱਬਰ ਦੀ ਹੋਣੀ ਹੈ, ਇਹ ਫੈਕਟ ਆ। ਉਹ ਆਪਣੀ ਮਾਂ ਹੈ, ਤੁਸੀਂ ਆਪਣੀ ਘਰੋਂ ਮਾਂ ਛੱਡ ਕੇ ਆਏ ਹੋ, ਤੁਸੀਂ ਇੱਕ ਮਤਲਬ ਮਾਂ ਕੋਲ ਚੱਲੇ ਹੋ, ਉਹ ਇੱਕ ਪਹਿਲੀ ਕ੍ਰਾਈਟੀਰੀਆ ਦੇ ਪਹਿਲੀ ਇੱਕ ਨਾ ਉਹ ਔਰਾ ਬਣਾ ਦਿੱਤਾ ਜਾਂਦਾ ਵੀ ਤੂੰ ਕਿਸੇ ਦੇ ਘਰ ਚੱਲੀ ਹੈ, ਤੇਰੀ ਸੱਸ ਡੈਣ ਆ ਪਹਿਲੀ ਘਰੋਂ ਤਿਆਰੀ ਕਰਕੇ। ਉਹ ਆਉਂਦੀ ਮੈਂ ਕਰਦੀ ਹਾਂ ਕਾਬੂ ਜਾ ਕੇ ਸੱਸ ਮੇਰੀ, ਏਡੀ ਕਿੱਡੀ ਮੇਰੀ ਸੱਸ ਡੈਣ, ਅਤੇ ਉਹ ਖਰੇ ਉਹਨੇ ਪਿਆਰ ਕਰਨਾ ਹੋਵੇ ਤੈਨੂੰ ਜਾਂਦਿਆਂ ਨੂੰ, ਉਹ ਅੱਗੋਂ ਤਿਆਰੀ ਕਰਕੇ ਗਈ ਹੈ ਵੀ ਮੈਂ ਪਟਾ ਉਹ ਮਤਲਬ ਵੀ ਆ ਤੂੰ ਇੱਧਰ ਨੂੰ ਮੈਂ ਤੈਨੂੰ ਵੇਖੂੰਗੀ, ਅਤੇ ਉਹ ਅੱਗੋਂ ਉਹਨੂੰ ਦੱਸਾਂ ਵੀ ਤੇਰੀ ਨੂੰ ਬੜੀ ਤੇਜ਼ ਥੱਲੇ ਲਾ ਕੇ ਰੱਖੀ, ਉਹਨੂੰ ਪਹਿਲਾਂ ਕਹਿ ਕੇ ਰੱਖਣੀ ਕਿਉਂ ਥੱਲੇ ਲਾ ਕੇ ਰੱਖੀ ਯਾਰ, ਉਹ ਮਸਲਾ ਹੋ ਜਾਂਦਾ ਨਾ। ਉਹ ਕਹਿੰਦੇ ਵੀ ਇੱਕ ਮਾਂ ਤਾਂ ਉਹਦੀ ਆਲਰੇਡੀ ਹੈ ਮੁੰਡੇ ਦੇ ਘਰ, ਅਤੇ ਜਿਹੜੀ ਇੱਕ ਹੋਰ ਬਣ ਕੇ ਗਈ ਆ ਵੀ ਮੈਂ ਹੁਣ ਤੇਰੀ ਮਾਂ ਮੈਂ, ਉਹ ਦੋ ਮਾਵਾਂ ਦਾ ਮਸਲਾ ਆਪੋ ਜਨੂੰ ਸੱਸ ਦਾ ਨਹੀਂ ਹੈਗਾ, ਇੱਕ ਮੁੰਡੇ ਦੀ ਨਵੀਂ ਮਾਂ ਬਣੀ ਹੈ ਅਤੇ ਇੱਕ ਜਿਹੜੀ ਪਹਿਲੋਂ ਵਾਲੀ ਹੈ। ਉਹ ਗੱਲ ਉਹੀ ਹੈ ਵੀ ਜੇ ਉਹਨਾਂ ਦਾ ਆਪੋ 'ਚ ਮਸਲਾ, ਇੱਕ ਮੁੰਡਾ ਵੀ ਉਹਨਾਂ ਨੇ ਪੂਰੀ ਗੱਲ ਇਹ ਸੀ ਕਹਿੰਦੇ ਵੀ ਜਦੋਂ ਮੁੰਡਾ ਪਹਿਲਾਂ ਤਾਂ ਜਾ ਕੇ 10 ਮਿੰਟ ਆਪਣੀ ਮਾਂ ਦੇ ਪੈਰ ਘੁੱਟਦਾ ਹੁੰਦਾ ਸੀ, ਅਤੇ ਹੁਣ ਆਉਂਦਾ ਸਿੱਧਾ ਜਾ ਕੇ ਚਬਾਰੇ ਚੜ੍ਹ ਕੇ ਕੁੰਡੀ ਲਾ ਕੇ ਸੌ ਜਾਂਦਾ, ਉੱਤੋਂ ਜੇ ਉਹ ਸਿਆਣੀ ਹੈ ਨਾ ਘਰ ਦੀ, ਉਹਦੀ ਸਿਆਣੀ ਹੈ, ਅਤੇ ਉਹਨੂੰ ਜਾ ਕੇ ਵੀ 10 ਮਿੰਟ ਪਹਿਲਾਂ 10 ਮਿੰਟ ਘੁੱਟ ਗਿਆ ਹੁਣ 15 ਘੁੱਟ ਗਿਆ, ਕਹਿੰਦਾ ਜਾ ਕੇ ਆਪਣੀ ਮਾਂ ਦੇ ਕੋਲ 5 ਮਿੰਟ ਵੀ ਨਹੀਂ ਬਹਿਣਾ, ਅਤੇ ਥੱਲੇ ਮਾਂ ਨੇ ਸੱਸ ਨੇ ਕਹਿ ਦੇਣਾ ਵੀ ਮਤਲਬ ਕੁੜੀ ਦੀ ਸੱਸ ਨੇ ਅਤੇ ਮੁੰਡੇ ਦੀ ਮਾਂ ਨੇ ਵੀ ਜਦ ਤਾਂ ਤੇਰੀ ਮਾਂ ਡੀਕਣ ਲਈ ਹੈ, ਜਦ ਦਫਾ ਜਾ, ਕੋਈ ਨਹੀਂ ਮੈਂ ਪੈਰ ਘੁੱਟ ਲਾਂਗੇ ਆਪਣੇ ਘੇਰ ਤੋਂ ਘਟਾ ਲਾਂਗੇ, ਤੂੰ ਜਾ ਉੱਤੇ ਤੇਰੀ ਮਾਂ ਡੀਕਣ ਲਈ। ਅਤੇ ਹੁਣ ਮਾਵਾਂ ਨੂੰ ਵੀ ਪਤਾ ਵੀ ਵਾਈਫ ਉੱਤੇ ਵੇਟ ਕਰਦੀ ਹੈ, ਉੱਥੇ ਉੱਪਰ ਵਾਲੀ ਨੂੰ ਚਾਹੀਦਾ ਵੀ ਜੇ 10 ਮਿੰਟ ਲਾਉਂਦਾ ਸੀ ਪਹਿਲਾਂ ਹੁਣ ਐਤਕੀ 15 ਲਵਾਵੇ ਉਹਦੇ ਕਹਿ ਕਵਾ ਕੇ, ਉਹ ਇੱਕ ਬੈਲੈਂਸ ਬਣਾ ਕੇ ਚੱਲਣਾ ਪੈਂਦਾ। ਅਤੇ ਫਸ ਜਾਂਦੇ ਵਿੱਚ ਮੁੰਡੇ, ਉਹ ਫਸਦੇ ਕੀ ਆ, ਉਹਨਾਂ ਦੀ ਗਲਤੀ ਹੁੰਦੀ ਆ, ਉਹ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਨਹੀਂ ਕਹਿੰਦੇ। ਜੇ ਤੁਹਾਡੀ ਮਾਂ ਦੀ ਗਲਤੀ ਤੁਸੀਂ ਕਹਿ ਦਿਓ ਵੀ ਸਾਡੀ ਮਾਂ ਦੀ ਗਲਤੀ ਆ, ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਵਾਈਫ ਦੀ ਗਲਤੀ ਤੁਸੀਂ ਕਹਿ ਦਿਓ ਵੀ ਇੱਥੇ ਤੂੰ ਗਲਤ ਹੈ, ਇੱਥੇ ਮੇਰੀ ਮਾਂ ਗਲਤ ਹੈ, ਸਹੀ ਨੂੰ ਸਹੀ ਗਲਤ ਨੂੰ ਗਲਤ। ਜਦੋਂ ਤੁਸੀਂ ਪਾਰਸ਼ੈਲਿਟੀ ਕਰਦੇ ਹੋ ਪ੍ਰੋਬਲਮ ਉੱਥੇ ਆ। ਬਿਲਕੁਲ, ਘਰ ਇੱਦਾਂ ਹੀ ਚੱਲਦੇ। ਅਤੇ ਜਦੋਂ ਫਿਲਮ ਦੀ ਸ਼ੂਟਿੰਗ ਚੱਲਦੀ ਸੀ ਉਦੋਂ ਸਭ ਤੋਂ ਵੱਧ ਸ਼ਰਾਰਤੀ ਕੌਣ ਸੀ ਗੱਡੀ ਉਹਦੇ ਕੋਲ ਜਾਊਗੀ? ਮੇਰੇ ਦੋਵੇਂ ਰਲ ਮਿਲ ਕੇ ਕਰ ਲੈਂਦੇ ਸੀ ਸ਼ਰਾਰਤ। ਕਿੱਦਾਂ ਤੁਸੀਂ, ਚਲੋ ਮੈਨੂੰ ਤੁਸੀਂ ਦੱਸੋ, ਮਾਹੀਨਾ ਦੀਆਂ ਸ਼ਰਾਰਤਾਂ ਦੱਸੋ। ਹਰੇਕ ਇਨਸਾਨ ਦੇ ਅੰਦਰ ਇੱਕ ਇੱਕ ਬੱਚਾ ਜੀ, ਉਹਨੂੰ ਮਰਨਾ ਦਿਓ ਬਸ ਕਦੇ ਜ਼ਿੰਦਗੀ 'ਚ, ਉਹ ਤੁਸੀਂ ਉਵੇਂ ਹੀ ਰੱਖੋ। ਜੇ ਤੁਹਾਡਾ ਚੀਕਾਂ ਮਾਰਨ ਨੂੰ ਜੀ ਕਰਦਾ, ਆਪਾਂ ਧੱਕੇ ਨਾਲ ਨਹੀਂ ਸਿਆਣਫ ਸਿਹੜ ਲੈਂਦੇ ਤਾਂ ਜ਼ਿਆਦਾ ਸਿਆਣਫ ਵੀ ਮਾੜੀ ਹੁੰਦੀ ਹੈ ਜੀ। ਤੁਸੀਂ ਓਲਡਰ ਵਾਲੇ ਪਾਸੇ ਨੂੰ ਧੱਕੇ ਨਾਲ ਮੁੜ ਜਾਂਦੇ, ਜੇ ਚੀਕਾਂ ਮਾਰੋ ਜੀ ਕਰਦਾ ਚੀਕਾਂ ਮਾਰੋ, ਜੇ ਗਾਣੇ ਸੁਣਨ ਨੂੰ ਜੀ ਕਰਦਾ ਉੱਚੀ ਆਵਾਜ਼ 'ਚ ਗਾਣੇ ਸੁਣੋ, ਉਹ ਕੀੜੇ ਕੱਢ ਲਓ। ਹਾਂ, ਸੱਚੀ ਗੱਲ ਹੈ। ਸੋ ਦਿਸ ਇਜ਼ ਇਹ ਕਿੰਨੇ 84 ਲੱਖ ਜੂਨਾਂ ਕੱਟ ਕੇ ਕਹਿੰਦੇ ਜੂਨ ਮਿਲੀ ਹੈ ਇਹਨੂੰ, ਇਹਨੂੰ ਹੰਢਾਓ ਕੱਟੋ ਨਾ। ਅਤੇ ਮੈਂ ਟ੍ਰੇਲਰ 'ਚ ਨਾ ਗੱਡੀ ਦੇਖ ਰਹੀ ਸੀ, ਇਹ ਗੱਡੀ ਦੀ ਸਿਲੈਕਸ਼ਨ ਕਿੰਨੇ ਕੀਤੀ ਹੈ ਜਿਹੜੀ ਤੁਹਾਡੇ ਕੋਲ ਫਿਲਮ 'ਚ ਗੱਡੀ ਹੈ? ਇਹ ਸਟੋਰੀ ਨੇ ਕੀਤੀ ਹੈ ਜੀ। ਹਾਂ, ਸਟੋਰੀ ਫਿਲਮ ਦੀ ਜਿਹੜੀ ਸਟੋਰੀ ਹੈ ਜੀ, ਉਹ ਹੀ ਦੱਸਦੀ ਹੈ ਵੀ ਇਹ ਗੱਡੀ ਹੋਣੀ ਚਾਹੀਦੀ ਹੈ ਜੀ। ਤੇ ਇਹ ਜ਼ਿੰਦਗੀ ਦੀ ਗੱਡੀ, ਗੱਡੀ ਜਾਂਦੀ ਹੈ ਛਲਾਂਗਾ ਮਾਰਦੀ, ਬੇਸ਼ੱਕ ਉਹ ਇੱਕ ਨਾ ਦੂਸਰੀ ਗੱਡੀ ਦੀ ਆਪਾਂ ਗੱਲ ਕਰ ਰਹੇ ਹਾਂ ਕਾਰ ਦੀ, ਪਰ ਇਹ ਜ਼ਿੰਦਗੀ ਦੀ ਗੱਡੀ ਨੂੰ ਵੀ ਜੋੜਦੀ ਹੈ ਨਾਲ। 100% ਜੀ, 100% ਜ਼ਿੰਦਗੀ ਦੀ ਗੱਡੀ, ਅਸੀਂ ਤਾਂ ਇਹੀ ਕਹਿੰਦੇ ਹਾਂ, ਸਾਡੀਆਂ ਦੁਆਵਾਂ ਨੇ ਸਾਰਿਆਂ ਲਈ, ਸਾਡੇ ਚਾਹੁਣ ਵਾਲਿਆਂ ਲਈ ਵੀ ਤੁਹਾਡੀ ਜ਼ਿੰਦਗੀ ਦੀ ਗੱਡੀ ਛਾਲਾਂ ਮਾਰਦੀ ਰਹੇ, ਛਾਲਾਂ ਮਾਰਦੀ ਜਾਵੇ ਤੇ ਮੰਜ਼ਿਲਾਂ ਹਾਸਲ ਕਰੇ, ਜਿੱਥੇ ਜਿੱਥੇ ਤੁਸੀਂ ਟੌਪ ਗੇ ਪਾ ਕੇ ਜਾਓ, ਜਿੱਥੇ ਜਿੱਥੇ ਤੁਹਾਡੀ ਮੰਜ਼ਿਲ ਹੈ ਉੱਥੇ ਪਹੁੰਚੋ। ਗੱਡੀ ਜਾਂਦੀ ਹੈ ਛਲਾਂਗਾ ਮਾਰਦੀ, ਮੈਂ ਬਾਰ ਬਾਰ ਤਾਂ ਨਾਮ ਲੈ ਰਹੀ ਹਾਂ ਤਾਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਰਹੇ ਕਿ ਆਪਾਂ ਫਿਲਮ ਦੇਖਣ ਜਾਣੀ ਆ ਔਰ ਫਿਲਮ ਨੂੰ ਸੁਪਰ ਡੂਪਰ ਹਿੱਟ ਕਰਾਉਣਾ, ਕਿਉਂਕਿ ਮੈਨੂੰ ਪਰਸਨਲੀ ਇਹ ਮੈਸੇਜ ਬਹੁਤ ਪਸੰਦ ਆਇਆ ਸੀ। ਨਹੀਂ ਨਹੀਂ, ਮੈਂ ਤਾਂ ਦੱਸੋ ਕਹਿ ਰਹੀ ਹਾਂ ਨਾ, ਮੈਂ ਨਾ ਕੁਛ ਚੀਜ਼ਾਂ ਐਵੇਂ, ਅਸੀਂ ਨਾ ਜ਼ਿੰਦਗੀ 'ਚ ਆਪਣੇ ਨਾਲ ਬੇਸ਼ੱਕ ਨਹੀਂ ਹੋਈਆਂ ਹੁੰਦੀਆਂ ਪਰ ਦੂਸਰਿਆਂ ਨਾਲ ਹੁੰਦੀਆਂ, ਦੇਖੀਆਂ ਹੁੰਦੀਆਂ। ਮੈਂ ਆਪਣੀ ਨਜ਼ਰੇ ਇੱਦਾਂ ਦੀਆਂ ਕੁੜੀਆਂ ਦੇਖੀਆਂ ਆ ਜਿਹੜੀਆਂ ਰੋਂਦੀਆਂ ਸੀਗੀਆਂ ਕਿ ਮੰਮੀ ਦਾਜ ਨਾ ਦਿਓ, ਉਹਨਾਂ ਦੀਆਂ ਮਾਵਾਂ ਨੇ ਧੱਕੇ ਨਾਲ ਦਿੱਤਾ ਕਿ ਅਸੀਂ ਤਾਂ ਦੇਣਾ ਹੀ ਦੇਣਾ, ਸਾਡੀ ਪਿੰਡ 'ਚ ਕੀ ਰਹਿ ਜੂਗੀ, ਕੀ ਕਹਿਣਗੇ ਕਿ ਮੁੰਡਾ ਅਸੀਂ 60 ਕਿੱਲੇ ਵਾਲਿਆਂ ਦੇ ਵਿਆਹ ਦਿੱਤਾ ਅਤੇ 6 ਲੱਖ ਰੁਪਈਆ ਵੀ ਨਹੀਂ ਲਾਇਆ, ਘੱਟੋ ਘੱਟ 25-30 ਲੱਖ ਰੁਪਈਆ ਤਾਂ ਲਾਈਏ। ਜਿੱਦਾਂ ਇਹ ਮਾਇੰਡਸੈਟ ਦੀ ਗੱਲ ਆ, ਜੇ ਮਤਲਬ ਇਹੀ ਚੀਜ਼ ਅਸੀਂ ਸਿਖਾਉਂਦੇ ਆ ਰਹੇ ਹਾਂ ਆਪਣੇ ਬੱਚਿਆਂ ਨੂੰ, ਜਦੋਂ ਕਿ ਕੁੜੀ ਪੈਦਾ ਹੀ ਹੁੰਦੀ ਆ ਉਸੇ ਟਾਈਮ ਤੋਂ ਘਰ 'ਚ ਗੱਲਾਂ ਸ਼ੁਰੂ ਹੋ ਜਾਂਦੀ ਹੈ, ਜੋੜੋ ਜੋੜੋ ਜੋੜੋ, ਦੇਣਾ ਆ ਦੇਣਾ ਆ ਜੋੜੋ। ਮੇਰੇ ਘਰੇ ਵੀ ਹੁੰਦੀ ਹੈ ਕਿ ਜੋੜੋ ਦੋ ਅਸੀਂ ਦੋ ਭੈਣਾਂ ਆ ਤੂੰ ਜੋੜੋ ਜੋੜੋ,
ਸ਼ਲਾਂਘਾ ਮਾਰਦੀ ਵਿੱਚ ਤਾਂ ਸਾਰੇ ਆਰਟਿਸਟ ਕਿਉਂਕਿ ਇਮੋਸ਼ਨਲ ਹੋ ਗਏ ਇਸ ਕਰਕੇ ਜ਼ਰੂਰੀ ਹੈ ਇਹ ਗੱਲ ਵੀ ਐਜੂਕੇਟ ਕਰਨਾ ਇੱਕ ਘਰ ਵੀ ਸਾਡੇ ਕਹਿਣ ਤੇ ਸਾਡੀ ਭੈਣ ਕੋਈ ਮਾਤਾ आप बदलो ਜਿੱਦਾਂ ਬੀਨੂ ਜੀ ਉਹ ਖੂਹ ਵਾਲੇ ਚਲਾਉਂਦੇ ਹੁੰਦੇ ਟੇਢੀ ਕਰਕੇ ਦਿਨੇ ਦਿਨੇ ਸਾਰੇ ਜਾਣੇ ਗੱਡੀ ਵਧੀਆ ਚਲਾਉਂਦੇ ਹੋ। ਚਲੋ ਫਿਲਹਾਲ ਹੁਣ ਤੁਹਾਡੇ ਜੋ ਸ਼ਰਾਰਤੀ ਦੋਨੋਂ ਨੇ ਗੱਡੀ ਤੁਸੀਂ ਸਾਰੇ ਵਧੀਆ ਚਲਾ ਲੈਂਦੇ ਹੋ ਅਤੇ ਜਦੋਂ ਤੁਸੀਂ ਫਿਲਮ ਦੇ ਸੈੱਟ 'ਤੇ ਹੁੰਦੇ ਆ ਅਤੇ ਕੋਈ ਨਾ ਕੋਈ ਸੀਨ ਇੱਦਾਂ ਦਾ ਹੁੰਦਾ ਜਿਹਦੇ ਵਿੱਚ ਹੁੰਦਾ ਆ ਕਿ ਬੰਦਾ ਥੱਕ ਜਾਂਦਾ ਕਰ ਕਰਕੇ ਤੇ ਜਾਂ ਫਿਰ ਕਈ ਵਾਰੀ ਹੁੰਦਾ ਕਿ ਇਦਾਂ ਦੇ ਦੋ ਤਿੰਨ ਸੀਨ ਹੋਰ ਹੋਣੇ ਚਾਹੀਦੇ ਸੀ ਫਿਲਮ 'ਚ। ਇਹ ਪਹਿਲੀ ਫਿਲਮ ਹੈ ਜੀ ਜਿੱਥੇ ਆ ਚਾਹੇ ਬੀਬੀਆਂ ਤੋਂ ਪੁੱਛ ਲਓ ਜਾਂ ਉਹਨਾਂ ਤੋਂ ਸਾਡੇ ਜਿੰਨੇ ਵੀ ਭੱਲਾ ਸਾਹਿਬ ਤੋਂ ਪੁੱਛ ਲਓ, ਨਹੀਂ ਤਾਂ ਅਦਰਵਾਈਜ਼ ਆਰਟਿਸਟ ਇੱਦਾਂ ਹੁੰਦੇ ਆ ਜੀ 10 ਵਜੇ ਦਾ ਟਾਈਮ ਤਾਂ 11 ਵਜੇ ਆਉਂਦੇ ਆ ਜਾਂ ਵੀ ਫਟਾਫਟ ਕੰਮ ਨਿਬੇੜੋ ਮੈਂ ਜਾਣਾ। ਤਾਂ ਇਹ ਫਿਲਮ ਉਹ ਹੈ ਜੀ ਜਿਹੜੀ ਅਸੀਂ ਹੰਢਾਈ ਹੈ ਕੱਟੀ ਨਹੀਂ, ਸਾਨੂੰ ਦਿਨ ਇੰਨੇ ਸੋਹਣੇ ਲੱਗਦੇ ਸੀ, ਇੰਨਾ ਵਧੀਆ ਸਾਡਾ ਜੀ ਲੱਗਦਾ ਸੀ ਸੈੱਟ 'ਤੇ ਔਰ ਇੰਨੀ ਸੋਹਣੀ, ਇਹ ਉਦੋਂ ਲੱਗਦਾ ਜਦੋਂ ਫਿਲਮ ਵਧੀਆ ਬਣ ਰਹੀ ਹੋਵੇ। ਫਿਲਮ ਇੰਨੀ ਸੋਹਣੀ ਬਣੀ ਹੈ ਤਾਂ ਸਾਰੇ ਜਾਣੇ ਆ ਕੇ ਪਹਿਲਾਂ ਬਹਿੰਦੇ ਸੀ ਇਕੱਠੇ ਚਾਹ ਪੀਂਦੇ ਸੀ, ਕੋਈ ਵੈਨਿਟੀਆਂ 'ਚ ਨਹੀਂ ਬਹਿੰਦਾ, ਸਾਰਾ ਪਰਿਵਾਰ ਦੀ ਤਰ੍ਹਾਂ ਅਸੀਂ ਇਕੱਠੇ ਹੋ ਕੇ ਇਹ ਫਿਲਮ ਕੀਤੀ ਹੈ ਜੀ। ਔਰ ਉਹੀ ਗੱਲ ਆ ਵੀ ਸਾਰਿਆਂ ਦਾ ਪਿਆਰ ਤੁਹਾਨੂੰ, ਉਹ ਕੈਮਿਸਟਰੀ ਜਿਹੜੀ ਸਾਡੀ ਸਾਰਿਆਂ ਦੀ ਨਾ, ਜਿਹੜਾ ਅਸੀਂ ਫਨ ਕੀਤਾ ਉਹ ਤੁਹਾਨੂੰ ਸਕਰੀਨ 'ਤੇ ਨਜ਼ਰ ਆਊ। ਹਾਂ ਸੱਚੀ ਸੱਚੀ ਗੱਲ ਹੈ ਜੀ, ਸਾਰੇ ਵੈਨਿਟੀ ਬੈਠ ਰਹੇ ਸੀ, ਜਾਂਦਾ ਨਹੀਂ ਸੀ ਕੋਈ ਕਿਉਂਕਿ ਸਾਨੂੰ ਆਉਣਾ ਪਸੰਦ, ਸਾਨੂੰ ਇੱਕ ਜਿਹਦਾ ਮਾਹੌਲ ਪਸੰਦ ਸੀ, ਉਹ ਫਿਲਮ ਦਾ ਮਾਹੌਲ ਜਿਹੜਾ ਬਣਾ ਕੇ ਰੱਖਿਆ ਨਾ ਸੈੱਟ 'ਤੇ ਉਹ ਬਹੁਤ ਪਸੰਦ ਆਇਆ ਸਾਨੂੰ। ਸਾਨੂੰ ਐਂ ਸੀ ਜਦੋਂ ਉਹ ਹੁਣ ਵੀ ਐਨਰਜੀ ਨਾਲ ਲੱਗੇ ਹੋਏ ਜਿੱਦਣ ਦੇ ਜੀ ਅਸੀਂ, ਨਹੀਂ ਅਦਰਵਾਈਜ਼ ਹੋਰ ਫਿਲਮਾਂ ਵੀ ਕੀਤੀਆਂ ਨੇ ਅਸੀਂ, ਇੰਨੀ ਪ੍ਰਮੋਸ਼ਨ ਨਹੀਂ ਕਰਦੇ ਹੁੰਦੇ ਜੀ। ਤਾਂ ਇਹ 'ਚ ਵੀ ਅਸੀਂ ਐਨਰਜੀ ਨਾਲ ਕਿੰਨੇ ਦੇਣੀ, ਜਿੰਨੇ ਫਿਲਮ ਨੂੰ ਦੇਣ ਦਿੱਤੇ ਸੀ ਉਨੀ ਦੇਣੇ ਹੁਣ ਦੇਤੇ ਜੀ ਅਸੀਂ, ਤਾਂ ਸਾਰੇ ਖਿੱਚ ਕੇ ਲੱਗਿਆ ਕਿਉਂਕਿ ਪੋਜ਼ਿਟਿਵਿਟੀ ਹੈ ਜੀ ਫਿਲਮ ਦੇ ਵਿੱਚ। ਜਸਵਿੰਦਰ ਭੱਲਾ ਜੀ ਫਿਲਮ 'ਚ ਕਹਿੰਦੇ ਆ ਕਿ MBA ਦੀ ਜੀ ਕਿਤਾਬ 'ਚ ਜਿਹੜਾ ਪਹਿਲਾ ਸਬਜੈਕਟ ਪੜ੍ਹਿਆ ਸੀ ਉਹ ਪੰਨਾ ਪਾੜਦੇ, ਹੈ ਨਾ ਇੱਦਾਂ ਹੀ ਆ ਕੁਛ ਉਹ ਤੁਹਾਡੇ 'ਚੋਂ ਸੱਚੀ ਦੀ ਜ਼ਿੰਦਗੀ 'ਚ ਪੜ੍ਹਾਈ ਤੋਂ ਕੌਣ ਕੌਣ ਡਰਦਾ ਸੀ? ਜੱਟਾਂ ਨੂੰ ਪੜ੍ਹਾਈ ਹੁੰਦੀ ਜ਼ਹਿਰ ਵਰਗੀ, ਚਲੋ ਸਾਰੀ ਸੀ ਪਰ ਮਜਬੂਰਨ ਕਰਨੀ ਪਈ ਨਾ। ਤੇ ਤੁਸੀਂ ਕਿੰਨਾ ਡਰਦੇ ਸੀ ਜੈਸਮੀਨ? ਮੈਂ ਤਾਂ ਬਹੁਤ ਜ਼ਿਆਦਾ ਡਰਦੀ ਸੀ ਮੈਥਸ ਤੋਂ, ਮੈਨੂੰ ਦੱਸ ਦੋ ਮੈਂ ਉਹੀ ਲਾਉਂਗੀ। ਸਾਡੇ ਟੀਚਰ ਸੀਗੇ ਜਾਣਦੇ ਹੋ, ਜਦੋਂ ਮੈਂ 6ਵੀਂ 7ਵੀਂ ਵਾਲਾ ਸੀਗਾ ਮੈਥ 'ਤੇ ਭੱਜਦੇ ਹੁੰਦੇ ਸੀ, ਤਾਂ ਮੇਰੀ ਤਾਂ ਗਰੰਟੀ ਸੀ ਜਾਣਦੇ, ਉਹਨਾਂ ਨੇ ਪਤਾ ਲੱਗਣਾ ਸੀ ਕਿਹੜਾ ਹੋਮਵਰਕ ਨਹੀਂ ਕੀਤਾ ਅਤੇ ਕਿਹਨੇ ਇਹਦਾ ਆਂਸਰ ਨਹੀਂ ਦੇਣਾ, ਤਾਂ ਉਹਨਾਂ 'ਚ ਮੇਰੀ ਤਾਂ ਪਹਿਲੇ ਨੰਬਰ 'ਤੇ ਕਟਾਈ ਹੁੰਦੀ ਤੁਸੀਂ, ਇਹਦੇ ਤਾਂ ਪੈਣੀਆਂ ਹੋਰ ਦੱਸੋ ਕਿਹਨੇ ਕਿਹੜੀ ਕੀਤਾ। ਤਾਂ ਇੱਕ ਦਿਨ ਮੈਂ ਕੀਤਾ, ਮੈਨੂੰ ਫਿਰ ਵੀ ਕੁੱਟਤਾ, ਮੈਂ ਅੱਜ ਵੀ ਕੁੱਟਦੇ ਹੋ, ਕਹਿੰਦੇ ਤਾਂ ਕੀਤਾ ਨਹੀਂ ਹੁਣ, ਮੈਂ ਕਹਿੰਦੀ ਅੱਜ ਕਰਕੇ ਆਇਆ ਸੀ। ਅਤੇ ਤੁਸੀਂ ਮਾਹੀ? ਮੈਥਸ ਕੋਸਟਿਊਮ ਦਾ ਕੰਮ ਬੜਾ ਮੇਨ ਹੁੰਦਾ ਨਾ ਕਿਸੇ ਵੀ ਫਿਲਮ ਦੇ ਵਿੱਚ,
ਤੇ ਕੋਸਟਿਊਮ ਦੇ ਨਾਲ ਨਾਲ ਤੁਹਾਡੀਆਂ ਐਕਸੈਸਰੀਜ਼ ਜਿਹੜੀਆਂ ਹੁੰਦੀਆਂ ਐਨਕ ਤੁਸੀਂ ਇੱਥੇ ਵੀ ਲਾਈ ਹੋਈ ਹੈ ਤੇ ਆਹ ਪੋਸਟਰ ਮੈਂ ਮਗਰ ਦੇਖ ਰਹੀ ਹਾਂ ਫਿਲਮ ਦਾ ਇੱਥੇ ਵੀ ਸਾਰਿਆਂ ਨੇ ਐਨਕ ਲਾਈ ਹੋਈ ਹੈ ਇਹ ਐਨਕ ਵਾਲਾ ਚੱਕਰ ਉਹ ਜਿਹੜੀ ਡੈਸ਼ ਮਾਰਦੇ ਪੰਜਾਬੀ ਗੱਡੀ ਚਲਾਉਣ ਲੱਗੇ ਐਨਕ ਲਾ ਕੇ ਅੰਨੇਵਾਹ ਚਲਾਈ ਅੰਨੇਵਾਹ ਚਲੋ ਇਹਦੇ ਤਾਂ ਦੱਸ ਦਿਓ ਹੁਣ ਤੁਸੀਂ ਅੰਨੇਵਾਹ ਕਿੱਦਾਂ ਡਰਾਈਵਿੰਗ ਮਤਲਬ ਅੰਨੇਵਾਹ ਜੀ ਤੁਸੀਂ ਦੇਖੋ ਜੀ ਅੰਨੇਵਾਹ ਨੂੰ ਫਿਲਮ ਦੇ ਵਿੱਚ ਦੇਖੂਗਾ ਵੀ ਕਿਵੇਂ ਅੰਨੇਵਾਹ ਚਲਾਈ ਆ ਹਾਂ ਸੱਚੀ ਗੱਲ ਹੈ ਜੀ ਤੁਸੀਂ ਗੱਡੀ ਭਾਈ ਦੀ ਦੇਖਣਾ ਚਾਹੋਗੇ ਤੁਸੀਂ ਭਾਈ ਦੀ ਦੇਖੋ ਆ ਤਾਂ ਵੈਸੇ ਅਸੀਂ ਪੋਸਟਰਸ ਲਈ ਥੀਮ ਸੀ ਥੀਮ ਰੱਖਿਆ ਸੀਗਾ ਵੀ ਖੁਸ਼ ਨੇ ਸਾਰਾ ਟੱਪਰ ਖੁਸ਼ ਹੈ ਵੈਸੇ ਵੀ ਖੁਸ਼ ਹੀ ਹੈ ਸਾਰਾ ਤੇ ਐਮੀ ਦੀਆਂ ਐਨਕਾ ਗੋਲਿਆਂ ਇਹ ਕਿਹਨੇ ਸਿਲੈਕਟ ਕੀਤੀਆਂ ਇਹ ਮੇਰੀ ਆਉਂਦੀਆਂ ਜੀ ਅੱਛਾ ਤੇ ਬੀਨੂ ਜੀ ਤੁਹਾਡੀਆਂ ਪ੍ਰੋਡਕਸ਼ਨ ਦੀਆਂ ਨੇ ਤੇ ਤੁਹਾਡੀਆਂ ਜੈਸਮਿਨ ਤਮਾਹੀ ਪ੍ਰੋਡਕਸ਼ਨ ਨੇ ਸਾਰੇ ਪ੍ਰੋਡਕਸ਼ਨ ਨੇ ਡਿਸਾਈਡ ਕੀਤਾ ਕਿ ਅਸੀਂ ਨਾ ਇੱਕ ਫਨ ਪੋਸਟਰ ਬਣਾਉਣਾ ਹੈ ਜਿਹਦੇ ਵਿੱਚ ਵਾਈ ਵਾਈ ਕਿ ਯਾਰ ਸਾਡੀ ਮੂਵੀ ਇੰਨੀ ਹੀ ਐਂਟਰਟੇਨਿੰਗ ਹੈ ਉਹ ਜੈ ਐਂਟਰਟੇਨਿੰਗ ਪੋਸਟਰ ਹੋਰ ਕੋਈ ਖਾਸ ਗੱਲਾਂ ਤੁਹਾਡੀ ਫਿਲਮ ਦੇ ਨਾਲ ਰਿਲੇਟਡ ਜਿਹੜੀਆਂ ਤੁਸੀਂ ਜ਼ਰੂਰ ਦੱਸਣੀਆਂ ਚਾਹੋ ਸਾਡੇ ਤੋਂ ਚੜ੍ਹਦੀ ਕਲਾ ਸਾਰੀ ਆਪਣੀ ਟੀਮ ਦਾ ਧੰਨਵਾਦ ਕਰਦੇ ਹਾਂ ਜੀ ਡਾਇਰੈਕਸ਼ਨ ਟੀਮ ਦਾ ਪ੍ਰੋਡਕਸ਼ਨ ਟੀਮ ਦਾ ਰਾਈਟਰ ਸਾਡੇ ਨਰੇਸ਼ ਭਾਜੀ ਸੁਨੀਤ ਭਾਜੀ ਤੇ ਸਨੀ ਭਾਜੀ ਹੋਣੀ ਗੰਭੀਰ ਭਾਜੀ ਨੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੀ ਖੂਬਸੂਰਤ ਫਿਲਮ ਬਣਾਈ ਤੇ ਦੂਜੀ ਸਭ ਤੋਂ ਇੰਪੋਰਟੈਂਟ ਗੱਲ ਅੱਜ ਤੱਕ ਸਾਨੂੰ ਕਿਸੇ ਨੇ ਸੈਟ ਰਾਈਟ ਹੋ ਇੱਦਾਂ ਦਾ ਐਕਸਪੀਰੀਅੰਸ ਕਦੇ ਵੀ ਰਿਹਾ ਹੋਊਗਾ ਸਾਨੂੰ ਫਿਲਮ ਰਿਲੀਜ਼ ਤੋਂ ਪਹਿਲਾਂ ਕੌਨਫੀਡੈਂਸ ਆਇਆ ਤੇ ਕੌਨਫੀਡੈਂਸ ਕੀ ਮਾਲਕ ਕਾਪਰ ਕਲੀਅਰ ਕਰਨਗੇ ਵੀ ਅਸੀਂ ਇਹਦਾ ਪਾਰਟ 2 ਬਣਾਵਾਂਗੇ ਫਿਲਮ ਰਿਲੀਜ਼ ਤੋਂ ਪਹਿਲਾਂ ਤੁਸੀਂ ਸੋਚਦੇ ਹੋ ਜਦੋਂ ਕੋਈ ਚੀਜ਼ ਹੈ ਤੇ ਇੱਕ ਫੋਨ ਜਿਵੇਂ ਫਿਲਮ ਆਦਿ ਕੋਈ 50 ਕਰੋੜ ਕਰਕੇ 60 ਕਰੋੜ ਕਰਕੇ ਫਿਰ ਤਾਂ ਸੋਚਿਆ ਜਾਵੇ ਰੇਡੀ ਸਕਸੈਸਫੁਲ ਸੀ ਬ੍ਰਾਂਡ ਹੈ ਨਾ ਵੱਡਾ ਪਾਰਟ ਬਣਾਵਾਂਗੇ ਸਾਨੂੰ ਇਹਦਾ ਲੱਗੀ ਜਾਂਦਾ ਮਾਲਕ ਦੀ ਮਿਹਨਤ ਪਹਿਲਾਂ ਹੀ ਲੱਗੀ ਜਾਂਦਾ ਇਹ ਤਾਂ ਬਣਾਵਾਂਗੇ ਬਹੁਤ ਸੋਹਣੀ ਫਿਲਮ ਲੱਗੀ ਬਹੁਤ ਟਾਈਮ ਮਤਲਬ ਅਕਾਲ ਪੁਰਖ ਸਾਰਿਆਂ ਦੀ ਸਿਹਤਾਂ ਤੰਦਰੁਸਤ ਰੱਖੇ ਤੇ ਅਸੀਂ ਇਹਦਾ ਪਾਰਟ 2 ਬਣਾਵਾਂਗੇ ਚਲੋ ਲਾਲ ਵੀ ਕਿੰਨੀ ਵਧੀਆ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਟੀਮ ਨੂੰ ਤੇ ਆਲ ਦਾ ਬੈਸਟ ਸੋ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੱਡੀ ਜਾਂਦੀ ਹੈ ਸ਼ਲਾਂਘਾ ਮਾਰਦੀ ਪੂਜਾ ਪੁੱਤਰ ਆਪਣੇ ਫੁੱਫੜੇ ਜੀ ਦੇ ਪੈਰੀ ਹੱਥ ਲਾ ਪੁੱਤ ਪਾਪਾ ਇਦਾਂ ਲੱਗਣੇ ਨਹੀਂ ਗੱਡੀ ਰੋਕਣੀ ਪੈਣੀ ਆ ਬਟੇ ਆਪਾਂ ਤਾਂ ਪਹਿਲਾਂ ਹੀ ਬਹੁਤ ਲੇਟ ਆ ਤੂੰ ਬੋਲ ਕੇ ਪੈਰੀ ਹੱਥ ਲਾ ਪੈਰੀ ਪੈਣੀ ਆ ਫੁੱਫੜ ਜੀ ਜਿੱਦਾਂ ਤੂੰ ਪੈਰੀ ਹੱਥ ਲਾਇਆ ਉਦਾਂ ਹੀ ਜਿਉਂਦੀ ਰਹਤੀ ਏ ਗੱਡੀ ਜਾਂਦੀ ਏ